ਹੋਰ ਫਿਰ ਕੀ ਹਾਲ ਨੇ ਮੇਰੇ ਸਵਾਮੀ ਮੇਰੇ ਪਰਮੇਸ਼ਵਰ ਦੇ ਪਹਿਲਾਂ ਇਹ ਦੱਸ ਇਹ ਦੋਨੋਂ ਹੈ ਕੌਣ ਤੇ ਤੂੰ ਇਹਨਾਂ ਦਾ ਹਾਲ ਚਾਲ ਕਿਉਂ ਪੁੱਛ ਰਹੀ ਹੈ ਮੈਂ ਤਾਂ ਤੁਹਾਡੀ ਗੱਲ ਕਰਦੀ ਸੀ ਮੇਰੇ ਪ੍ਰਾਨਨਾਥ ਨਵੇਂ ਸੂਟ ਦੀ ਕੋਈ ਡਿਮਾਂਡ ਨਾ ਕਰੀ ਮੇਰੇ ਕੋਲ ਅਜੇ ਪੈਸੇ ਨਹੀਂ ਹੈਗੇ ਰੱਬ ਬੂਥੇ ਤੇ ਪਿੰਪਲ ਦੇ ਦੇਵੇ ਪਰ ਇਹੋ ਜਿਹਾ ਕੰਜੂਸ ਪਤੀ ਕਿਸੇ ਨੂੰ ਨਾ ਦੇਵੇ ਹਾਂ ਤੇਰੀਆਂ ਇਹੀ ਗੱਲਾਂ ਕਰਕੇ ਨਾ ਮੇਰੀ ਸ਼ੂਗਰ ਮੇਨਟੇਨ ਰਹਿੰਦੀ ਹੈ ਜ਼ਿਆਦਾ ਮਿੱਠੀਆਂ ਗੱਲਾਂ ਨਾ ਕੀਤਾ ਕਰ ਮੇਰੇ ਨਾਲ ਸ਼ੂਗਰ ਤਾਂ ਮੇਨਟੇਨ ਰਹਿੰਦੀ ਹੈ ਬੀਪੀ ਨਹੀਂ ਵੱਧਦਾ ਬਾਈ ਤੂੰ ਨਾ ਲੜਕੇ ਲੈਕਰ ਪਹੁੰਚ ਜਾਈਓ ਟਾਈਮ ਸੇ ਬੀਪੀ ਵਧਾਉਣ ਦਾ ਠੇਕਾ ਇਹਨੇ ਲਿੱਤਾ ਹੋਇਆ ਹਾਂ ਜਿਤਨੇ ਵੀ ਹੈ ਸਭ ਕੋ ਬੋਲ ਦੇ ਔਰ ਯਾਦ ਸੇ ਨਾ ਕੀਚੜ ਰੱਖ ਲਿਓ ਇਹਨੂੰ ਕੀ ਹੋਇਆ ਪਤਾ ਨਹੀਂ ਪੱਕਾ ਕਿਸੇ ਦੇ ਨਾਲ ਲੜਾਈ ਹੋਈ ਹੋਣੀ ਹੈ ਮੰਮੀ ਮੇਰੇ ਜੁੱਤੇ ਕਿੱਥੇ ਪਏ ਨੇ ਜਿਹਦੇ ਥੱਲੇ ਕਿੱਲਾਂ ਲੱਗੀਆਂ ਹੋਈਆਂ ਨੇ ਕੀ ਕਰ ਰਿਹਾ ਤੂੰ ਕਿੱਲਾਂ ਵਾਲੇ ਜੁੱਤੇ ਤੇਰੇ ਕਮਰੇ ਦੇ ਕਬਰ ਦੇ ਵਿੱਚ ਪਏ ਨੇ ਨਾਲ ਹਥੌੜਾ ਵੀ ਪਿਆ ਉਹ ਵੀ ਲੈ ਜਾਈ ਕੀ ਹਥੌੜਾ ਵੀ ਲੈ ਜਾਈ ਇੱਕ ਕੰਮ ਕਰ ਆਪਣੀ ਮਾਂ ਨੂੰ ਲੈ ਜਾ ਇਹ ਇੱਕ ਨੰਬਰ ਦੀ ਲੜਾਕੀ ਹੈ ਕੀ ਗੱਲਾਂ ਕਰ ਰਹੇ ਹੋ ਤੁਸੀਂ ਦੋਨੋਂ ਉਹੀ ਜੋ ਤੂੰ ਆਪਣੇ ਫੋਨ ਤੇ ਗੱਲ ਕਰ ਰਿਹਾ ਸੀ ਚਿੱਕੜ ਕੀ ਕਰਨਾ ਤੂੰ ਮਾਰਨੇ ਕੇ ਲੀਏ ਪੁੱਤਰ ਚਿੱਕੜ ਨਾਲ ਤਾਂ ਸਿਰਫ ਕੱਪੜੇ ਗੰਦੇ ਹੋਣਗੇ ਨਾਲ ਡੰਡਾ ਦੂੰ ਡੰਡਾ ਅਸੀਂ ਕੋਈ ਮਥੁਰਾ ਥੋੜੀ ਜਾਣਾ ਹੋਲੀ ਵਾਸਤੇ ਫਿਰ ਕਿੱਥੇ ਜਾਣਾ ਤੂੰ ਬਹਾਦੁਰਗੜ ਫਾਈਨਲ ਲੋਕੇਸ਼ਨ ਆ ਗਈ ਹੈ ਹਾਂ ਲੋਕੇਸ਼ਨ ਵੀ ਆ ਗਈ ਹੈ ਤੇ ਨਾਲ ਬੰਦੇ ਵੀ ਇਕੱਠੇ ਹੋ ਗਏ ਨੇ ਇਹਨੂੰ ਸਮਝਾ ਲੈ ਮੈਥੋਂ ਚੰਡ ਚੁੰਡ ਨਾ ਖਾ ਲਿਆ ਕੀ ਦਿੱਕਤ ਹੈ ਤੁਹਾਡੀ ਹੁਣ ਮੈਂ ਹੋਲੀ ਵੀ ਨਹੀਂ ਖੇਡ ਸਕਦਾ ਫਿਰ ਤੂੰ ਫੋਨ ਤੇ ਕਿਹਨੂੰ ਬੋਲ ਰਿਹਾ ਸੀ ਲੜਕੇ ਲੈ ਕੇ ਆ ਜਾਓ ਉਹ ਤਾਂ ਮੈਂ ਹੋਲੀ ਦਾ ਪਲਾਨ ਬਣਾ ਰਿਹਾ ਸੀ ਦੋਸਤਾਂ ਨਾਲ ਦੁਰ ਫਿਟੇ ਮੂੰਹ ਤੇਰੇ ਓ ਲੈ ਇਹ ਤੇ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਈਚਾਰਾ ਔਨ ਟਾਪ ਹੋ ਗਿਆ ਤੂੰ ਨਾ ਪਹਿਲਾਂ ਇੰਸਟਾਗ੍ਰਾਮ ਤੇ ਬਦਮਾਸ਼ਾਂ ਨੂੰ ਫੋਲੋ ਕਰਨਾ ਬੰਦ ਕਰ ਤੇ ਤੂੰ ਮੈਨੂੰ ਇਹ ਦੱਸ ਤੈਨੂੰ ਚਿੱਕੜ ਨਾਲ ਹੋਲੀ ਖੇਡਣੀ ਜ਼ਰੂਰੀ ਹੈ ਆਪ ਕੀ ਵਜ੍ਹਾ ਸੇ ਮੇਰੀ ਵਜ੍ਹਾ ਸੇ ਪਿਛਲੇ ਸਾਲ ਤੁਹਾਡੇ ਕੋਲੋਂ ਪਿਚਕਾਰੀ ਮੰਗੀ ਸੀ ਤੇ ਕੀ ਕਿਹਾ ਸੀ ਤੁਸੀਂ ਇਹੀ ਕਿ ਪਿਚਕਾਰੀ ਤੇ ਪੈਸੇ ਵੇਸਟ ਕਰਕੇ ਕੀ ਕਰਨਾ ਆਪਣੇ ਮੂੰਹ ਦੇ ਵਿੱਚ ਪਾਣੀ ਭਰ ਕੇ ਉਹਦੀ ਪਿਚਕਾਰੀ ਦੇਣਾ ਤੇ ਗਲਤ ਕੀ ਕਿਹਾ ਸੀ ਜਿੱਥੇ ਪੈਸੇ ਬਚਦੇ ਨੇ ਉੱਥੇ ਬਚਾਉਣੇ ਚਾਹੀਦੇ ਨਾ ਉਹ ਘੱਟੋ ਘੱਟ ਇੱਕ ਗੁਬਾਰਾ ਤਾਂ ਲਿਆ ਦੇਣਾ ਸੀ ਵਿਚਾਰੇ ਨੂੰ ਗੁਬਾਰਾ ਲਿਆ ਕੇ ਦਿੱਤਾ ਸੀ ਪੁੱਛ ਲੈ ਉਹ ਵੀ ਇੱਕੋ ਹੀ ਦਵਾਇਆ ਸੀ ਕਹਿੰਦੇ ਧਿਆਨ ਨਾਲ ਦੇਖੀ ਕਿਸੇ ਤੇ ਫੋੜੀ ਨਾ ਯਾਰ ਇਹ ਬੰਦਾ ਇੰਨਾ ਕੰਜੂਸ ਹੈ ਨਾ ਇਹਨੇ ਕਿਸੇ ਨੂੰ ਲਾਨਤ ਵੀ ਦੇਣੀ ਹੋਵੇ ਨਾ ਤੇ ਲੱਖ ਦੀ ਨਾ ਦੇਵੇ 1000 ਦੀ ਦੇਵੇ ਦੱਸੋ ਹੁਣ ਮੈਂ ਚਿੱਕੜ ਨਾਲ ਨਾ ਖੇਡਾਂ ਤੇ ਕੀ ਕਰਾਂ ਕੋਈ ਨਹੀਂ ਪੁੱਤਰ ਤੂੰ ਖੇਡ ਲੈ ਚਿੱਕੜ ਨਾਲ ਦੇਖ ਲੈ ਫਿਰ ਤੇਰੀ ਮਰਜ਼ੀ ਹੈ ਤੈਨੂੰ ਨਹਾਉਣਾ ਵੀ ਪੈਣਾ ਮੰਮੀ ਫਿਰ ਚਿੱਕੜ ਦਾ ਪਲਾਨ ਕੈਂਸਲ ਕਰ ਦਿਆ ਦੇਖ 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 ਨਹਾਉਣ ਦੀ ਵਾਰੀ ਆਈ ਤਾਂ ਪ੍ਰੋਗਰਾਮ ਹੀ ਕੈਂਸਲ ਕਰਤਾ ਨਹਾਉਣ ਦਾ ਤਾਂ ਇੰਨਾ ਵੱਡਾ ਚੋਰ ਹੈ ਨਾ ਮੇਰੀ ਸਾਬਣ ਦੀ ਫੈਕਟਰੀ ਵੀ ਹੋਵੇ ਨਾ ਤਾਂ ਵੀ ਇਹਨਾਂ ਨਾ ਕਿਸੇ ਦੇ ਪਿਓ ਦਾ ਹਸਪੀਟਲ ਹੁੰਦਾ ਤਾਂ ਉਹ ਹਰ ਟਾਈਮ ਆਪਰੇਸ਼ਨ ਕਰਾਉਂਦਾ ਜ਼ਿਆਦਾ ਬਕਵਾਸ ਨਹੀਂ ਕਰਨੀ ਮੇਰੇ ਅੱਗੇ ਕੀ ਬਕਵਾਸ ਕੀਤੀ ਹੈ ਮੈਂ ਪਿਛਲੇ ਸਾਲ ਤੂੰ ਪੰਗ ਪੀ ਕੇ ਕੀ ਸਟੋਰੀ ਪਾਈ ਸੀ ਕਿ ਮੇਰਾ ਡੈਡੀ ਇੱਕ ਨੰਬਰ ਦਾ ਕੰਜੂਸ ਆਦਮੀ ਹੈ ਓ ਹੈਲੋ ਉਹ ਸਟੋਰੀ ਨਾ ਮੈਂ ਪੰਗ ਪੀ ਕੇ ਨਹੀਂ ਪਾਈ ਸੀ ਓ ਤੇ ਪਿਛਲੇ ਸਾਲ ਤੂੰ ਪਿੰਕੀ ਨੂੰ ਕਲਰ ਲਗਾਉਣ ਲਈ ਜ਼ਬਰਦਸਤੀ ਉਹਦੇ ਘਰ ਵੜ ਗਿਆ ਸੀ ਹਾਂ ਉਸ ਸਾਲ ਮੈਂ ਪੰਗ ਪੀਤੀ ਸੀ ਤੁਸੀਂ ਵੀ ਤਾਂ ਉਸੇ ਸਾਲ ਮਿਸਿਸ ਭੱਲਾ ਦੇ ਘਰ ਜ਼ਬਰਦਸਤੀ ਵੜ ਗਏ ਸੀ ਕਲਰ ਲਗਾਉਣ ਮੈਂ ਵੀ ਸ਼ਾਇਦ ਪੰਗ ਪੀਲੀ ਹੋਏਗੀ ਪਰ ਉਸ ਸਾਲ ਤਾਂ ਤੁਸੀਂ ਪੀਤੀ ਨਹੀਂ ਸੀ ਫਿਰ ਮੇਰਾ ਪੰਗ ਦਾ ਗਲਾਸ ਕਿਹਨੇ ਖਾਲੀ ਕੀਤਾ ਸੀ ਉਹ ਮੈਂ ਪੀਤੀ ਸੀ ਤੂੰ ਤੂੰ ਮੇਰੀ ਪੰਗ ਪੀਤੀ ਸੀ ਹੋਰ ਕੀ ਅਸੀਂ ਨਾ ਪਾਰਕ ਦੇ ਵਿੱਚ ਨਾ ਹੈਂਡ ਪੰਪ ਤੋਂ ਪਾਣੀ ਕੱਢ ਕੇ ਹੋਲੀ ਖੇਡ ਰਹੇ ਸੀ ਇਹਨਾਂ ਦੀ ਕਿਸੇ ਨੇ ਤਾਰੀਫ ਕਰਤੀ ਕਿ ਅੱਜ ਇੱਕਦਮ ਸਨੀ ਦਿਓਲ ਲੱਗ ਰਹੇ ਹੋ ਇਹਨਾਂ ਨੇ ਹੈਂਡ ਪੰਪ ਹੀ ਪੱਟਤਾ ਤਾਂ ਮੈਨੂੰ ਪਤਾ ਲੱਗਿਆ ਇਹਨਾਂ ਨੇ ਪੰਗ ਪੀਤੀ ਹੋਈ ਹੈ ਚਲੋ ਛੱਡੋ ਪੁਰਾਣੀਆਂ ਗੱਲਾਂ ਇਹ ਦੱਸੋ ਇਸ ਵਾਰ ਦੀ ਹੋਲੀ ਦਾ ਕੀ ਪਲਾਨ ਹੈ ਕੁਛ ਨਹੀਂ ਨਮਕੀਨ ਚਖਣਾ ਮੈਂ ਲੈ ਲਿਆ ਬਾਕੀ ਸਮਾਨ ਦੋਸਤ ਲਾਣਗੇ ਹੋਲੀ ਦਾ ਪ੍ਰੋਗਰਾਮ ਪੁੱਛਿਆ ਬੈਚਲਰਸ ਪਾਰਟੀ ਦਾ ਨਹੀਂ ਉਹਦੇ ਲਈ ਕਲਰ ਪਿਚਕਾਰੀ ਤੇ ਗੁਬਾਰਾ ਚਾਹੀਦਾ ਹੁੰਦਾ ਦੇਖ ਕਲਰ ਤਾਂ ਤੂੰ ਬਾਥਰੂਮ ਤੋਂ ਲੈ ਜਾ ਬਾਥਰੂਮ 'ਚ ਕਿਹੜੇ ਕਲਰ ਆ ਗਏ ਅਰੇ ਉਹ ਉਜਾਲਾ ਨਹੀਂ ਰੱਖਾ ਉਹ ਅੱਛਾ ਹਾਂ ਹਾਂ ਉਂਝ ਵੀ ਮੈਂ ਉਹ ਯੂਜ਼ ਨਹੀਂ ਕਰਦੀ ਪੁੱਤਰ ਤੂੰ ਲੈ ਜਾ ਅਰੇ ਕਿਆ ਲੈ ਜਾ ਤੇ ਤੁਸੀਂ ਯੂਜ਼ ਕਿਉਂ ਨਹੀਂ ਕਰਦੇ ਤੁਸੀਂ ਦੋਨਾਂ ਨੇ ਆਪਣੇ ਬਨਿਆਨ ਦੀ ਸ਼ਕਲ ਵੇਖੀ ਹੈ ਪਸੀਨੇ ਦੇ ਵਿੱਚ ਭਿੱਜੀ ਹੋਈ ਬਦਬੂਦਾਰ ਇਹ ਉਜਾਲਾ ਪੁਜਾਲਾ ਕੁਝ ਕੰਮ ਨਹੀਂ ਆਉਂਦਾ ਫਿਰ ਕਿਹਦੇ ਨਾਲ ਧੋਂਦੀ ਹੈ ਤੂੰ ਸਾਡੀ ਬਨਿਆਨ ਐਸਿਡ ਨਾਲ ਉਹ ਵੀ ਦੋ ਵਾਰੀ ਤੂੰ ਇਹਨੂੰ ਛੱਡ ਤੂੰ ਇੱਕ ਗੁਲਾਲ ਦਾ ਪੈਕਟ ਲੈ ਲਈ ਇੱਕ ਗੁਲਾਲ ਦਾ ਪੈਕਟ ਡੈਡੀ ਇੱਕ ਗੁਲਾਲ ਦਾ ਪੈਕਟ ਤਾਂ ਲੋਕੀ ਹਵਾ 'ਚ ਉਡਾ ਦਿੰਦੇ ਨੇ ਹਾਂ ਤੇ ਤੂੰ ਥੱਲੇ ਖੜੇ ਹੋ ਕੇ ਕੈਚ ਕਰ ਲਈ ਪੁੱਤਰ ਇੱਕ ਨਾ ਐਕਸਟਰਾ ਪੰਨੀ ਵੀ ਰੱਖ ਲਈ ਆਪਣੀ ਜੇਬ 'ਚ ਕਿਉਂ ਹਾਂ ਪੰਨੀ ਦੇ ਵਿੱਚ ਨਾ ਆਪਣਾ ਫੋਨ ਤੇ ਵਾਲਟ ਸਾਰਾ ਸਮਾਨ ਰੱਖ ਲਈ ਗਿੱਲਾ ਨਹੀਂ ਹੋਏਗਾ ਨਹੀਂ ਨਹੀਂ ਉਹ ਪਾਰਕ ਦੇ ਵਿੱਚ ਲੰਗਰ ਲੱਗਿਆ ਹੋਇਆ ਨਾ ਤੇ ਪੰਨੀ ਦੇ ਵਿੱਚ ਦਾਲ ਤੇ ਪਨੀਰ ਪਾ ਕੇ ਲਿਆਈ ਮੰਮੀ ਮੈਂ ਸੋਚਿਆ ਸੀ ਤੁਸੀਂ ਮੇਰੇ ਵਾਸਤੇ ਪੈਕ ਕਰਾ ਕੇ ਲਿਆਓਗੇ ਤੁਸੀਂ ਤਾਂ ਮੇਰੇ ਭਰੋਸੇ ਬੈਠੇ ਹੋ ਪੁੱਤਰ ਮੈਂ ਚੰਗੀ ਲੱਗਦੀ ਹਾਂ ਦਾਲ ਦੇ ਲਿਫਾਫੇ ਭਰਦੀ ਹੋਈ ਇੱਕ ਪਾਸੇ ਮੈਨੂੰ ਅੰਬਾਨੀ ਵੈਡਿੰਗ ਦਾ ਇਨਵੀਟੇਸ਼ਨ ਆ ਰਿਹਾ ਹੈ ਦੂਜੇ ਪਾਸੇ ਮੈਂ ਇਹ ਕੰਮ ਕਰਾਂ ਅੰਬਾਨੀ ਵੈਡਿੰਗ ਇਹ ਕਦੋਂ ਹੋਇਆ ਹਾਂ ਸਹੀ ਕਹਿ ਰਹੀ ਹੈ ਅੰਬਾਨੀ ਨੇ ਇਹਨੂੰ ਪੈਸੇ ਦਿੱਤੇ ਸੀ ਵੈਡਿੰਗ 'ਤੇ ਨਾ ਆਉਣ ਲਈ ਤੁਹਾਨੂੰ ਕੀ ਪਤਾ ਉਹ ਤਾਂ ਕਹਿੰਦੇ ਸਾਡੇ ਕੋਲ ਜ਼ਿਆਦਾ ਪੈਸੇ ਹੈ ਨਹੀਂ ਅਸੀਂ ਕਿਸੇ ਇੱਕ ਨੂੰ ਹੀ ਬੁਲਾ ਸਕਦੇ ਹਾਂ ਜਾਂ ਤਾਂ ਮੈਂ ਜਾਂ ਤਾਂ ਉਹ ਹਰਿਆਣਾ ਹਰਿਆਣਾ ਉਹ ਜਿਹੜਾ ਗਾਣਾ ਗਾਉਂਦੀ ਹੈ ਨਾ ਵੀ ਫਾਊਂਡ ਲਵ ਉਹ ਰਿਹਾਨਾ ਹਾਂ ਵਈ
फिर मैं क्या जिन्हों पैसे की ज्यादा लोड़ है उन्होंने बुला लो, फिर वो चली गई। मम्मी देखो मैं ते होली खेलांगा, तुसी अपनी रोटी का इंतजाम आप कर लो। पुत्र इस बुढ़ापे दे विच तो ही साडा सहारा है ना। बुढ़ापा? कल एक मुंडे ने तुहानू आंटी बुलाया सी, तुसी ऐसी तैसी करती उहदी। हाँ ते बराबर दा मुंडा आंटी बोलेगा तो की बोला उहनू? बराबर दा? मेरे तो भी 15 साल छोटा सी। ओह गॉड, तू रहन दे, तुसी ना अज मैनू गुरमीत दा पिज़्ज़ा खिला दो। गुरमीत दा पिज़्ज़ा? गोरमे पिज़्ज़ा कह रहे थे। अरे रब्बा इन्हां नू छड्डो, डैडी तुसी ना मैनू पक्के कलर ला दो। पक्के कलर नू हुण मैं तैनू एशियन पेंट दी बाल्टी ला दवा। हाँ यह ठीक है, बाल्टी यूज करके ना बाथरूम च रख दी, पहला वाली टुट गई है। डैडी मैं इंसानों नू रंगना है, दीवारा नहीं। तो जे किसी ने पेंट मेरे उत्ते पा दिता फिर तां तू पहला चड्डा ते स्कूटर चो ना इंजन ऑयल कढ़ के अपने मुँह ते ला ली, एक वॉश च पेंट उतर जाना। अच्छा अगले दा इंजन सीज हो जावे पर साढ़े मजे नहीं रुकने चाहिए। रिडिकुलस। मम्मी मैनू ना एक वाइट टी शर्ट भी चाहिए है। पुत्र होली तो जा लैन दे, फिर लै दांगी। मम्मी होली ते ही पानी है। हैं जी? वड्डा तू सिंघानिया परिवार का आखिरी वारिस जड़ा होली वाले दिन सफेद कपड़े पाएगा। जो साडा पोचा भी पुराना हो जाता ना तो तेनू टी शर्ट बना के देने पाने लई। एक होंदा मिडिल क्लास बंदा, फिर होंदा एक गरीब बंदा। उहदे थले आंदे असी, बीपीएल तो थोड़ा थले। करैक्ट। मम्मी घट्टो घट तुसी गुजिया बना लेना, मेरे दोस्त घर आएंगे। मतलब ही नहीं, तेरे सूअर वांगू दोस्तों मैं घर दे विच एंट्री दवा। पर क्यों? याद नहीं पिछले साल दिवाली ते एक अद्धा दोस्त आके बाथरूम दे विच बम फोड़ रहा सी। डैडी वह बम नहीं फोड़ रहा सी, उहदा ढिड खराब सी। आए आए ताही मैं सोचा बारूद की बदबू इन्नी गंदी तो नहीं होंगी। और तेरा दूजा दोस्त सारी काजू की बर्फी खा गया सी। हाँ तो तुसी कहा सी पुत्र होर ले होर ले, मैं ते बस इन्ना कहा सी कि पुत्र शर्माओ ना अपना ही कार समझो। हाँ तो की होया, बर्फी तो खाई सी। बर्फी खाई सी? अगला मैं तो घर के कागज मंगता सी, कहिंदा लाओ इन्हू वेचना। फिर जाके मैं उन्हू कहा कि नहीं तू अपना नाई समझ भाई, साडा ही रहन दे। चलो कोई नहीं, बच्चे ने आके गुजिया खा लेंगे। कोई गुजिया नहीं बनानी, पता नहीं तेनू ड्राई फ्रूट ते खोया कितना महंगा हो गया। लेकिन डैडी होली ते तां सारे गुजिया खांदे ने। ते फिर एक काम करो, बिना ड्राई फ्रूट ते खोया ते बना लो। ओह तां अंदरों खोखली हो गई फिर। हाँ ते अंदरों किनू की दिखाना है। डैडी तुसी ना गुजिया चो जिया काढ रहे हो, बाकी रह जाना गो, ओह तुसी खा लेना। कोई गुजिया नहीं बनानी, बैंगन दे पकौड़े लियाओ। जाओ तुसी लियाओ। तेरे गिटियां च चोट लगी है, तुहाडे स्कूटर दे टायर च मेहंदी लगी है, तेरी लत्तां च सरिया पिया है। दोनों च कोई भी कम करके राजी नहीं। शेर नहीं शिकार करती है, शेर घरे बहिंदा है। जे कम ते चला गया ते कहदा शेर? एदा मतलब शेर ढीठ है। चीता ही कह दे। हेलो, हाँ जी मिसेस पल्ला। अच्छा चलो ठीक है, मिलते हैं फिर। ओके की होया? मिसेस पल्ला का फोन सी, वो कह रहे ने कि वो होली मनाने साडे घर आ रहे ने। हैं? तू एक काम कर, फटाफट गुजिया बना, मैं ड्राई फ्रूट ते खोया लैके आना। रॉबिन तू ना पिचकारी गुब्बारे ते गुलाल फड़ लिया फटाफट मार्केट तो। और सुन हर्बल कलर लैके, ठीक है? तू की देख रही है, फटाफट मिठाइयां कट, मैं हुणे आया। 1000 दी लानत है इन्हां ते। मैनू पता सी इस आदमी का, कोई फोन शोन नहीं आया मैनू। की मतलब? मतलब हुण तू आराम नाल होली मना, तेरे गुब्बारे पिचकारी रंग ते गुजिया दा इंतजाम ते हो गया ना। हाँ जी भाई, की हाल चाल है सारिया का? सब तो पहला तो सारिया नू होली दिया बहुत बहुत मुबारक। तो देख सकते हो सिंघानिया साहब का आखिरी वार जड़ा है वो पूरा रेडी हो गया होली मनाने लई। तो वीडियो किदा दी लगी प्लीज़ कमेंट सैक्शन के दसना, तो वीडियो नू लाइक भी जरूर करना। नाल एक इनफॉर्मेशन मैं देनी सी, मेरे ख्याल बहुत सारे लोगों को पता ही नहीं है कि मेरा एक व्लॉग चैनल भी है बाय द नेम ऑफ सरदार कैजम, कि तुम इतने भी जाके सबसक्राइब कर लो। बिकॉज मैं जिन्ना चेर वीडियो नहीं पाँगा ना मैं उत्थे अपडेटेड रहाँगा, तो तुम उत्थे जाके मेरे व्लॉग्स देख सकते हो। नाल आज मेरी पहली होली हैगी ससुराल दे विच, उहदा भी मैं व्लॉग बनावांगा, तो तुम उत्थे जाके देखना। ठीक है, सबसक्राइब कर लो, मिलते हैं नैक्सट वीडियो दे विच।